ਐਮੀ ਵਿਰਕ ਦਾ ਸ਼ੂਟ ਆ ਅਤੇ ਚੱਲਾਂਗੇ ਉੱਥੇ। ਫੋਨ ਕਰ ਲਿਆ, ਟਾਈਮ ਹੋ ਚੁੱਕਿਆ 3:30 ਅਤੇ ਜਾਣਾ ਤਾਂ ਅਸੀਂ 2 ਵਜੇ ਸੀ ਅਤੇ ਮੀਂਹ ਪੈ ਰਿਹਾ ਸੀਗਾ ਅਤੇ ਹੁਣ ਵੀ ਥੋੜ੍ਹਾ ਥੋੜ੍ਹਾ ਮੀਂਹ ਪੈ ਰਿਹਾ ਹੈਗਾ, ਪਰ ਕੋਈ ਨਾ ਚੱਲਾਂਗੇ। ਇੰਨੇ ਕੁ ਮੀਂਹ ਨੂੰ ਕੁਛ ਨਹੀਂ ਹੁੰਦਾ, ਥੋੜ੍ਹਾ ਹੀ ਹੈਗਾ। ਅਤੇ ਮੀਂਹ ਪੈਣ ਤੋਂ ਬਾਅਦ ਪਾਣੀ ਕਾਫੀ ਚੱਲ ਰਿਹਾ ਹੈਗਾ, ਅੱਕ ਭਰੀ ਚੱਲ ਰਹੀ ਆ ਪਾਣੀ ਨਾਲ। ਅਤੇ ਆਜੋ ਚੱਲਦੇ ਹਾਂ, ਚੱਲਦੇ ਹਾਂ ਉੱਥੇ ਚੱਲ ਕੇ, ਅਸੀਂ ਘਰੋਂ ਚੱਲ ਪਿਆਂਗੇ। ਅਤੇ ਥੋੜ੍ਹੇ ਨਿਕਣੀਆਂ ਪੈ ਰਹੀਆਂ ਨੇ ਅਤੇ ਕਾਫੀ ਮੀਂਹ ਪੈ ਚੁੱਕਿਆ ਹੈਗਾ, ਲਗਾਤਾਰ 1.5 ਘੰਟਾ ਮੀਂਹ ਪਿਆ ਹੈਗਾ। ਅਤੇ ਨਾਲ ਰਾਜਸਥਾਨ ਭਰਾ ਜਿੰਦਰ ਸਿੰਘ, ਅਤੇ ਕਾਫੀ ਕਣੀਆਂ ਪੈ ਰਹੀਆਂ ਨੇ, ਜਾਣੀ ਕਿ ਘੱਟ ਹੀ ਨੇਗੀਆਂ ਇੰਨੀਆਂ ਜ਼ਿਆਦਾ। ਅਸੀਂ ਲੋਕੇਸ਼ਨ 'ਤੇ ਪਹੁੰਚ ਚੁੱਕੇ ਹਾਂ ਬਾਗੜੀਆਂ, ਅਤੇ ਇੱਧਰ ਤੁਸੀਂ ਦੇ ਰਹੇ ਹੋ ਪੈਂਟੀ ਖੜੀ ਹੈ ਐਮੀ ਵਿਰਕ ਭਾਜੀ ਵਾਲੀ। ਅਤੇ ਬਾਕੀ ਲੋਕੇਸ਼ਨ ਤਾਂ ਤੁਸੀਂ ਅੰਦਰੋਂ ਦੇਖੀ ਆ ਪਿਛਲੇ ਵਲੋਗਾਂ ਦੇ ਵਿੱਚ, ਅਤੇ ਹੁਣ ਅੰਦਰ ਚੱਲਾਂਗੇ ਅਤੇ ਐਮੀ ਵਿਰਕ ਭਾਜੀ ਨੂੰ ਮਿਲਦੇ ਹਾਂ ਅਤੇ ਜਿਹੜੇ ਰਹੋ। ਹਾਂਜੀ, ਮੀਂਹ ਤਾਂ ਥੋੜ੍ਹਾ ਥੋੜ੍ਹੀ ਸੀ, ਪਰ ਥੋੜ੍ਹੇ ਥੋੜ੍ਹੇ ਮੀਂਹ ਨਾਲ ਵੀ ਕੱਪੜੇ ਕਾਫੀ ਭਿੱਜ ਚੁੱਕੇ ਹੈਗੇ ਅਤੇ ਪੈਂਟ ਵੀ ਕਾਫੀ ਭਿੱਜ ਚੁੱਕੀ ਹੈਗੀ, ਅਤੇ ਪੱਗ ਵੀ ਥੋੜ੍ਹੀ ਥੋੜ੍ਹੀ ਗਿੱਲੀ ਹੋ ਗਈ ਆ, ਪਰ ਕੋਈ ਨਹੀਂ, ਸੁੱਕ ਜਾਂਦੀ ਹੈਗੀ ਥੋੜ੍ਹੇ ਟਾਈਮ ਤੱਕ। ਉਰੇ ਮੀਂਹ ਹਟ ਗਿਆ, ਜਿੰਨਾ ਚਿਰ ਅਸੀਂ ਰਸਤੇ 'ਚ ਉਨਾ ਚਿਰ ਮੀਂਹ ਪੈਂਦਾ ਰਿਹਾ ਥੋੜ੍ਹਾ ਥੋੜ੍ਹਾ, ਅਤੇ ਜ਼ਿਆਦਾ ਅਸੀਂ ਪਹੁੰਚੇ ਨਾਲ ਤਿਆਲ ਮੀਂਹ ਵੀ ਹਟ ਗਿਆ। ਭਾਜੀ ਨੂੰ ਮਿਲ ਲਿਆ, ਅਤੇ ਅੰਬਰਦੀਪ ਭਾਜੀ ਨੂੰ ਮਿਲ ਲਿਆ ਗਾ, ਅਤੇ ਗੁਰਨੀਤ ਭਾਜੀ ਨੂੰ ਮਿਲ ਲਿਆ ਗਾ। ਅਤੇ ਹੁਣ ਅਸੀਂ ਜਾ ਰਹੇ ਹਾਂ ਜੀ ਘਰ ਨੂੰ, ਟਾਈਮ ਵੀ ਕਾਫੀ ਹੋ ਚੁੱਕਿਆ, 8:05 ਹੋ ਗਏ ਅਤੇ ਹੁਣ ਘਰ ਚੱਲਦੇ ਹਾਂ। ਅਤੇ ਇਸ ਵਲੌਗ ਨੂੰ ਇੱਥੇ ਖਤਮ ਕਰਦੇ ਹਾਂ, ਜੇ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਤੇ ਮਿਲਦੇ ਹਾਂ ਜੀ ਅਗਲੇ ਵਲੌਗ ਦੇ ਵਿੱਚ, ਵੈਲ ਟੇਕ, ਬਾਏ ਬਾਏ।